ਜਿਹੜਾ ਅੰਮ੍ਰਿਤ ਵੇਲਾ ਹੈ ਨਾ ਉਦੋਂ ਉੱਠ ਕਰਕੇ ਸੱਚੇ ਨਾਮ ਦਾ ਮਹਾਰਾਜ ਕਹਿੰਦੇ ਭਾਈ ਜਾਪ ਕਰਨਾ ਨਾ ਜਿਹੜਾ ਇਹ ਵਾਹਿਗੁਰੂ ਦੇ ਅੱਗੇ ਸਾਧ ਸੰਗਤ ਜੀ ਭੇਟ ਕਰਨਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਵਾਹਿਗੁਰੂ ਦੇ ਅੱਗੇ ਆਪਣਾ ਪ੍ਰੇਮ ਦਾ ਜਿਹੜਾ ਪਦਾਰਥ ਵੈ ਪ੍ਰੇਮ ਨਾਲ ਜਿਹੜਾ ਨਾਮ ਜਪਣਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅੰਮ੍ਰਿਤ ਵੇਲਾ ਸੱਚ ਨਾਉ ਸੱਚੇ ਨਾਮ ਦਾ ਉੱਠ ਕਰਕੇ ਜਾਪ ਕਰਨਾ। ਸਾਧ ਸੰਗਤ ਜੀ ਜੋ ਅੰਮ੍ਰਿਤ ਵੇਲਾ ਹੈ ਨਾ ਇਹਦੀ ਸਾਰੇ ਧਰਮਾਂ ਵਿੱਚ ਬੜੀ ਮਹਾਨ ਮਹਿਮਾ ਕਹੀ ਗਈ ਹੈ। ਅੰਮ੍ਰਿਤ ਵੇਲਾ ਬੜਾ ਮਹਾਨ ਹੈ ਜਿਹੜਾ ਇਹ ਚਾਰ ਪੈਰ ਦਾ ਦਿਨ ਵੈ ਤੇ ਚਾਰ ਪੈਰ ਦੀ ਰਾਤ ਵੈ। ਜਦੋਂ ਦੋ ਪੈਰ ਰਾਤ ਗੁਜ਼ਰ ਜਾਂਦੀ ਹੈ ਉਦੋਂ ਸਾਧ ਸੰਗਤ ਜੀ ਜਿਹੜੇ ਪਿਛਲੀ ਰਾਤ ਹੁੰਦੀ ਹੈ ਨਾ ਜਿਵੇਂ ਫਰੀਦ ਜੀ ਨੇ ਕਿਹਾ ਕਿ ਪਿਛਲ ਰਾਤ ਨਾ ਜਾਗਿਓ ਜੀਵੰਦੜੋ ਮੋਇਓ ਹੈ ਜੇ ਤਾਂ ਰੱਬ ਵਿਸਾਰਿਆ ਰੱਬ ਨਾ ਵਿਸਰਿਓ ਹੈ। ਇਹ ਸਾਧ ਸੰਗਤ ਜੀ ਪਿਛਲੀ ਰਾਤ ਵੈ ਜਿਵੇਂ ਕਿਹਾ ਕਿ ਪਹਿਲਾ ਪਹਿਰ ਹੈ ਫੁੱਲੜਾ ਫਲ ਪੀ ਪੱਛਾ ਰਾਤ ਜੋ ਜਾ ਗੰਨ ਲਹਨ ਸੇ ਸਾਈ ਕੰਨੋ ਦਾਤ। ਇਹ ਅੰਮ੍ਰਿਤ ਵੇਲਾ ਹੈ ਜਿਹੜਾ ਸਾਧ ਸੰਗਤ ਜੀ 12 ਵਜੇ ਤੋਂ ਬਾਅਦ ਸ਼ੁਰੂ ਹੋ ਜਾਂਦਾ ਨਾ ਸਮਾਂ ਉਹਦੇ ਲਈ ਹੀ ਸਤਿਗੁਰਾਂ ਜੀ ਨੇ ਆਖਿਆ ਕਿ ਨਾਉ ਪ੍ਰਭਾਤੇ ਸ਼ਬਦ ਤੇ ਆਈਐ ਛੋਡੋ ਦੁਨੀ ਪ੍ਰੀਤਾ ਪ੍ਰਣਵਤ ਨਾਨਕ ਦਾਸਨ ਦਾਸਾ ਜਗ ਹਾਰਿਆ ਤਿੰਨ ਜੀਤਾ। ਉਸ ਅੰਮ੍ਰਿਤ ਵੇਲੇ ਦੀ ਬਾਬਤ ਸਤਿਗੁਰਾਂ ਜੀ ਨੇ ਕਿਹਾ ਕਿ ਚਾਹ ਲਾ ਗਏ ਉੱਠ ਨਾਮ ਜਪ ਨਿਸ ਬਾਸੁਰ ਆਰਾਧ ਕਾਰਾ ਤੁਜੈ ਨਾ ਵਿਆਪਈ ਨਾਨਕ ਮਿਟੈ ਉਪਾਦ। ਇਹ ਸੱਚੇ ਪਾਤਸ਼ਾਹ ਜੀ ਇਸ ਅੰਮ੍ਰਿਤ ਵੇਲੇ ਦੀ ਬਾਬਤ ਸਾਨੂੰ ਦੱਸਦੇ ਆ। ਵੇਖੋ ਸਿੱਧਾਂ ਨੂੰ ਹਜ਼ੂਰ ਨੇ ਇਹ ਦੱਸਿਆ ਕਿ ਕਿਹੋ ਜਿਹਾ ਵਾਹਿਗੁਰੂ ਦੇ ਅੱਗੇ ਪਦਾਰਥ ਭੇਟ ਕਰਨਾ ਚਾਹੀਦਾ ਤੇ ਸਾਧ ਸੰਗਤ ਜੀ ਜਦੋਂ ਅੰਮ੍ਰਿਤ ਵੇਲਾ ਹੁੰਦਾ ਹੈ ਨਾ ਅੰਮ੍ਰਿਤ ਵੇਲੇ ਦਾ ਉੱਠਣਾ ਬਹੁਤ ਕਠਿਨ ਹੈ। ਕਲਯੁਗ ਦੇ ਅੰਦਰ ਸਤਿਗੁਰਾਂ ਜੀ ਨੇ ਸਭ ਤੋਂ ਉੱਤਮ ਸਾਧਨ ਇਹ ਬਖਸ਼ਿਸ਼ ਕੀਤਾ ਕਿ ਜਿਹੜਾ ਅੰਮ੍ਰਿਤ ਵੇਲੇ ਉੱਠ ਕਰਕੇ ਭਾਈ ਨਾਮ ਜਪੇਗਾ ਉਹਨੂੰ ਕਦੇ ਵੀ ਕਲਯੁਗ ਦੀ ਕੋਈ ਵੀ ਸਾਧ ਸੰਗਤ ਜੀ ਸ਼ਕਤੀ ਜਿਹੜੀ ਆ ਨਾ ਵਿਆਪ ਨਹੀਂ ਸਕੇਗੀ। ਤੇ ਸਭ ਤੋਂ ਔਖਾ ਅੰਮ੍ਰਿਤ ਵੇਲੇ ਦਾ ਉੱਠਣਾ ਹੀ ਹੈ। ਅੰਮ੍ਰਿਤ ਵੇਲੇ ਦਾ ਉੱਠਣਾ ਇੰਨਾ ਜ਼ਿਆਦਾ ਜੀਵ ਨੂੰ ਬੱਜਰ ਭਾਰ ਪੈਂਦਾ ਹੈ ਕਿ ਇਹਦੇ ਕੋਲੋਂ ਅੰਮ੍ਰਿਤ ਵੇਲਾ ਨਹੀਂ ਸਾਂਭਿਆ ਜਾਂਦਾ। ਤੇ ਜਦੋਂ ਜੀਵਨ ਵਿੱਚੋਂ ਅੰਮ੍ਰਿਤ ਵੇਲਾ ਗਵਾਚ ਜਾਵੇ ਫਿਰ ਸਾਧ ਸੰਗਤ ਜੀ ਸਾਰੇ ਸੁੱਖ ਜਿਹੜੇ ਆ ਉਹ ਵਿਸਰਜਨ ਹੋ ਜਾਂਦੇ ਆ ਸਾਰੇ ਸੁੱਖ ਕੋਲੋਂ ਚਲੇ ਜਾਂਦੇ ਆ। ਕਿਸੇ ਕਵੀ ਨੇ ਕਿਹਾ ਹੈ ਕਿ ਭਾਈ ਜਿਹੜਾ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗਾ ਨਿੱਤ ਇੱਕ ਵਧੇਂਦੀ ਆਰਜਾ ਦੂਜਾ ਸਾਹਿਬ ਆਵੇ ਚਿੱਤ। ਇੱਕ ਤਾਂ ਉਮਰ ਵੱਧ ਜਾਂਦੀ ਹੈ ਕਿਉਂਕਿ ਸਵਾਸਾਂ ਦੀ ਗਤੀ ਬਹੁਤ ਧੀਮੀ ਚੱਲਣ ਲੱਗ ਪੈਂਦੀ ਤੇ ਉਮਰਾਂ ਬਹੁਤ ਵੱਧ ਜਾਂਦੀ ਹੈ ਵਾਹਿਗੁਰੂ ਜੀ ਯਾਦ ਵਿੱਚ ਆਉਣ ਲੱਗ ਪੈਂਦੇ ਹੈ। ਜਿਹੜਾ ਇਹ ਜਾਗਣਾ ਨਾ ਮਹਾਰਾਜ ਜੀ ਨੇ ਫਿਰ ਕਿਹਾ ਕਿ ਜਾਗਣਾ ਜਾਗਣ ਨਿੱਕਾ ਹਰ ਕੀਰਤਨ ਮਹਿ ਜਾਗਣਾ ਵਾਹਿਗੁਰੂ ਦੀ ਕੀਰਤੀ ਵਿੱਚ ਜਾਗਣਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਸ ਕਰਦਿਆਂ ਹੋਇਆ ਜਾਗਣਾ। ਤੇ ਸਾਧ ਸੰਗਤ ਜੀ ਜਿਹੜਾ ਅੰਮ੍ਰਿਤ ਵੇਲਾ ਹੈ ਇਹਦੀ ਬੜੀ ਮਹਾਨ ਮਹਿਮਾ ਗੁਰੂ ਘਰ ਦੇ ਅੰਦਰ ਹਜ਼ੂਰ ਨੇ ਦਰਸਾਈ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਗਰੀਬ ਨਵਾਜ ਸਤਿਗੁਰਾਂ ਜੀ ਨੇ ਸਿੱਖਾਂ ਨੂੰ ਇਹ ਕਮਾਈ ਕਰਕੇ ਪੂਰਨੇ ਪਾ ਕੇ ਹਜ਼ੂਰ ਨੇ ਦੱਸਿਆ। ਹਜ਼ੂਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਹਿਰ ਰਾਤ ਰਹਿੰਦੀ ਸਤਿਗੁਰੂ ਜੀ ਇਸ਼ਨਾਨ ਕਰਕੇ ਧਿਆਨ ਵਿੱਚ ਜੁੜ ਜਾਂਦੇ ਗਰੀਬ ਨਵਾਜ। ਫਿਰ ਸਤਿਗੁਰਾਂ ਦੇ ਹਜ਼ੂਰ ਕੀਰਤਨ ਸ਼ਬਦਾਂ ਦਾ ਹੁੰਦਾ। ਹਜ਼ੂਰ ਨੇ ਜਦੋਂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੂੰ ਗੁਰਤਾਗਤ ਦੀ ਬਖਸ਼ਿਸ਼ ਕੀਤੀ ਹੈ ਕਿਹਾ ਭਾਈ ਪੁਰਖਾ ਅੰਮ੍ਰਿਤ ਵੇਲੇ ਦਾ ਇਸ਼ਨਾਨ ਇਹ ਸਾਡੇ ਘਰ ਦਾ ਪਹਿਲਾ ਜਿਹੜਾ ਹੈ ਉਪਦੇਸ਼ ਹੈ। ਸਤਿਗੁਰਾਂ ਜੀ ਨੇ ਕਿਹਾ ਸਿੱਖਾਂ ਨੂੰ ਸਦਾ ਨਾਮ ਦਾਨ ਇਸ਼ਨਾਨ ਇਹ ਦ੍ਰਿੜ ਰੱਖਣਾ ਨਿਰੰਕਾਰ ਦੇ ਨਾਲ ਜੋੜੀ ਰੱਖਣਾ ਇਹ ਸੱਚਾ ਪਾਤਸ਼ਾਹ ਜੀ ਮਹਾਰਾਜ ਨੇ ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕੀਤਾ। ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਇਹ ਰੀਤ ਹਜ਼ੂਰ ਨੇ ਫਿਰ ਸਾਧ ਸੰਗਤ ਜੀ ਅੱਗੇ ਤੋਰੀ। ਇਹ 10 ਪਾਤਸ਼ਾਹੀਆਂ ਨੇ ਬਖਸ਼ਿਸ਼ ਕੀਤੀ ਹੈ ਕਿ ਅੰਮ੍ਰਿਤ ਵੇਲੇ ਦਾ ਜਿਹੜਾ ਮਹਾਨ ਮਹਾਤਮਾ ਹੈ ਨਾ ਉਹ ਸਾਧ ਸੰਗਤ ਜੀ ਕਥਨ ਨਹੀਂ ਕੀਤਾ ਜਾ ਸਕਦਾ। ਜਿਵੇਂ ਭਾਈ ਮਨਸੁਖ ਜੀ ਵਪਾਰੀ ਸੀਗੇ ਤੇ ਉਹ ਸਾਰਾ ਪ੍ਰਸੰਗ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਅੰਦਰ ਆਉਂਦਾ। ਜਦੋਂ ਰਾਜੇ ਸ਼ਿਵਨਾਭ ਨੇ ਅੰਮ੍ਰਿਤ ਵੇਲੇ ਉੱਠ ਕਰਕੇ ਇਹਨਾਂ ਨੇ ਸਾਧ ਸੰਗਤ ਜੀ ਉਹ ਇਕਾਦਸ਼ੀ ਦਾ ਵਰਤ ਸੀ ਤੇ ਅੱਗ ਬਾਲ ਦਿੱਤੀ ਸੀ ਤੇ ਫੌਜਾਂ ਨੇ ਗ੍ਰਿਫਤਾਰ ਕਰ ਲਿਆ ਕਿ ਇਸ ਨੇ
ਜਿਹੜਾ ਕਾਨੂੰਨ ਹੈ ਉਹ ਤੋੜਿਆ, ਉਲੰਘਣਾ ਕੀਤੀ ਹੈ। ਅਕਾਦਸ਼ੀ ਨੂੰ ਕੋਈ ਅੱਗ ਬਾਲ ਕੇ ਭੋਜਨ ਨਹੀਂ ਤਿਆਰ ਕਰ ਸਕਦਾ। ਭਾਈ ਮਨਸੁਖ ਜੀ ਨੂੰ ਰਾਜੇ ਸ਼ਿਵਨਾਭ ਦੇ ਜਦੋਂ ਸਾਹਮਣੇ ਪੇਸ਼ ਕੀਤਾ ਗਿਆ, ਰਾਜੇ ਸ਼ਿਵਨਾਭ ਨੇ ਜਦੋਂ ਸਵਾਲ ਜਵਾਬ ਕੀਤੇ ਤੇ ਸ਼ਿਵਨਾਭ ਨੂੰ ਜਦੋਂ ਭਾਈ ਮਨਸੁਖ ਜੀ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਉਪਦੇਸ਼ ਜਿਹੜਾ ਸੀ ਉਹ ਸੁਣਾਇਆ, ਹਜੂਰ ਦੇ ਸ਼ਬਦਾਂ ਦਾ ਤਾਤਪਰਜ ਦੱਸਿਆ, ਫਿਰ ਉਥੇ ਹੀ ਭਾਈ ਮਨਸੁਖ ਨੇ ਦੱਸਿਆ ਸੀ ਕਿ ਮੇਰੇ ਗੁਰੂ ਸਾਹਿਬ ਜੀ ਦੀ ਆਗਿਆ ਰਾਜਾ ਅੰਮ੍ਰਿਤ ਵੇਲੇ ਉੱਠ ਕਰਕੇ ਪਰਮੇਸ਼ਰ ਦੇ ਭਜਨ ਵਿਚ ਲੀਨ ਹੋਣ ਦੀ। ਇਸ ਕਰਕੇ ਮੈਂ ਤਾਂ ਆਪਣਾ ਧਰਮ ਰੱਖਿਆ, ਕਿਸੇ ਦਾ ਧਰਮ ਨਹੀਂ ਮੈਂ ਠੇਸ ਪਹੁੰਚਾਈ ਹੈ। ਰਾਜਾ ਸ਼ਿਵਨਾਭ ਗਿਆਨੀ ਸੀ, ਉਸ ਦੇ ਮਨ ਦੇ ਅੰਦਰ ਜਾਗ ਪਈ, ਸਦਰ ਸੁਣਨ ਦੀ ਚੇਸ਼ਟਾ ਉੱਠ ਪਈ। ਕਹਿਣ ਲੱਗੇ, ਅੱਛਾ ਜੇ ਅੰਮ੍ਰਿਤ ਵੇਲੇ ਇਸ਼ਨਾਨ ਕਰੇ ਤੇ ਉਹਦਾ ਕੀ ਫਲ ਹੁੰਦਾ ਹੈ? ਭਾਈ ਮਨਸੁਖ ਜੀ ਕਹਿਣ ਲੱਗੇ ਕਿ ਜਿਹੜਾ ਅੰਮ੍ਰਿਤ ਵੇਲੇ ਉੱਠ ਕਰਕੇ ਪਹਿਲੇ ਹੀ ਪੈਰ ਜਦੋਂ ਅੰਮ੍ਰਿਤ ਵੇਲਾ ਆਰੰਭ ਹੁੰਦਾ ਹੈ ਜੇ ਇਸ਼ਨਾਨ ਕਰੇ ਤਾਂ ਇਹ ਸ਼ਿਵਨਾਭ ਰਾਜਾ ਹੀਰਿਆਂ ਤੋਂ ਵੀ ਵੱਧ ਦਾਨ ਕਰਨ ਦਾ ਫਲ ਪ੍ਰਾਪਤ ਹੁੰਦਾ ਹੈ। ਅੱਛਾ ਜੇ ਇਹਨੂੰ ਹਟ ਕੇ ਇਸ਼ਨਾਨ ਕਰੇ ਤਾਂ? ਫਿਰ ਭਾਈ ਮਨਸੁਖ ਜੀ ਨੇ ਕਿਹਾ, ਹੋਰ ਦੋ ਘੜੀਆਂ ਰੁਕ ਕੇ ਇਸ਼ਨਾਨ ਕਰੇ ਤੇ ਸੋਨਾ ਦਾਨ ਕਰਨ ਦਾ ਫਲ ਪ੍ਰਾਪਤ ਹੁੰਦਾ ਹੈ। ਜੇ ਕਹਿੰਦੇ ਹੋਰ ਦੋ ਘੜੀਆਂ ਰੁਕ ਕਰਕੇ ਇਸ਼ਨਾਨ ਕਰੇ ਚਾਂਦੀ ਦੇ ਦਾਨ ਕਰਨ ਦਾ ਫਲ ਪ੍ਰਾਪਤ ਹੁੰਦਾ ਹੈ, ਹੋਰ ਸਮਾਂ ਰੁਕ ਜਾਵੇ ਤੇ ਫਿਰ ਦਾਨ ਕਰੇ, ਵਾਹਿਗੁਰੂ ਇਸ਼ਨਾਨ ਕਰੇ ਤੇ ਫਿਰ। ਇਸ ਪ੍ਰਕਾਰ ਕਹਿੰਦੇ ਕਿ ਦੁੱਧ ਆਦਿਕ ਜਾਂ ਹੋਰ ਪਦਾਰਥ ਜਿਵੇਂ ਦਾਨ ਕਰ ਦਈਏ ਤੇ ਉਹ ਫਲ ਪ੍ਰਾਪਤ ਹੁੰਦਾ ਹੈ। ਫਿਰ ਕਹਿੰਦੇ ਆ, ਜਦੋਂ ਸੂਰਜ ਚੜ ਜਾਂਦਾ, ਅੰਮ੍ਰਿਤ ਵੇਲਾ ਗੁਜਰ ਜਾਂਦਾ, ਲੰਘ ਜਾਂਦਾ ਤੇ ਸੂਰਜ ਚੜੇ ਇਸ਼ਨਾਨ ਕਰੇ, ਭਾਈ ਮਨਸੁਖ ਜੀ ਨੇ ਕਿਹਾ, ਰਾਜਾ ਫਿਰ ਤਾਂ ਸਰੀਰ ਦੀ ਸਫਾਈ ਹੁੰਦੀ ਹੈ, ਫਲ ਕੋਈ ਨਹੀਂ ਮਿਲਦਾ, ਫਲ ਤਾਂ ਅੰਮ੍ਰਿਤ ਵੇਲੇ ਪ੍ਰਾਪਤ ਹੁੰਦਾ ਹੈ। ਤੇ ਇਹ ਅੰਮ੍ਰਿਤ ਵੇਲੇ ਸਾਧ ਸੰਗਤ ਜੀ ਇਹੋ ਜੀ ਵਾਹਿਗੁਰੂ ਜੀ ਦੀ ਕਲਾ ਵਰਤਦੀ ਹੈ। ਬਹੁਤ ਸਾਰੇ ਧਰਮਾਂ ਦੇ ਅੰਦਰ ਖੋਜ ਕੀਤੀ ਗਈ ਇਸ ਅੰਮ੍ਰਿਤ ਵੇਲੇ ਦੀ ਬਾਬਤ। ਕੁਦਰਤੀ ਇਹ ਫਿਜ਼ਾ ਦੇ ਅੰਦਰ ਇਹੋ ਜੀ ਉਸ ਸਮੇਂ ਸ਼ਕਤੀ ਕ੍ਰੀਏਟ ਹੁੰਦੀ ਹੈ, ਜਿਹੜੇ ਜਿਹੜੇ ਉੱਠ ਕਰਕੇ ਉਸ ਸਮੇਂ ਕੋਈ ਭਜਨ ਕਰ ਰਹੇ ਹੁੰਦੇ ਹੈ ਉਹਨਾਂ ਨੂੰ ਉਹ ਸ਼ਕਤੀ ਆਪਣਾ ਸਾਧ ਸੰਗਤ ਜੀ ਸਪਰਸ਼ ਦਿੰਦੀ ਹੈ। ਅੰਮ੍ਰਿਤ ਵੇਲੇ ਉੱਠ ਕਰਕੇ ਭਜਨ ਕਰਨ ਵਾਲਾ ਬਹੁਤ ਸਾਧ ਸੰਗਤ ਜੀ ਟਿਕਿਆ ਹੋਇਆ ਪੁਰਖ ਹੁੰਦਾ ਹੈ, ਉਹਦੇ ਮਨ ਵਿੱਚ ਸ਼ਾਂਤੀ ਹੁੰਦੀ ਹੈ, ਭਟਕਣਾ ਨਹੀਂ ਹੁੰਦੀ ਉਹਦੇ ਕੋਲ, ਬੇਚੈਨੀ ਨਹੀਂ ਹੁੰਦੀ, ਉਹਨੂੰ ਇੱਕ ਰਸਮਈ ਜ਼ਿੰਦਗੀ ਦਾ ਰਹੱਸ ਲੱਭ ਗਿਆ ਹੁੰਦਾ ਹੈ, ਭੇਦ ਖੁੱਲ੍ਹ ਗਿਆ ਹੁੰਦਾ ਹੈ ਉਹਦੇ ਅੰਦਰ। ਕਿਉਂਕਿ ਰੋਜ਼ ਰੋਜ਼ ਦਾ ਜਾਗਣਾ, ਜਿਵੇਂ ਜਿਵੇਂ ਫਿਰ ਸ਼ਬਦ ਦਾ ਅਭਿਆਸ ਕਮਾਉਂਦੇ ਆ ਅਭਿਆਸੀ, ਉਵੇਂ ਉਵੇਂ ਸਾਧ ਸੰਗਤ ਜੀ ਫਿਰ ਪ੍ਰਾਪਤੀ ਹੁੰਦੀ ਹੈ। ਇਹ ਅੰਮ੍ਰਿਤ ਵੇਲੇ ਦਾ ਕੀਤਾ ਹੋਇਆ ਭਜਨ ਬਹੁਤ ਜ਼ਿਆਦਾ ਫਲਦਾਇਕ ਹੁੰਦਾ ਹੈ। ਇਸੇ ਕਰਕੇ ਕਿਹਾ ਕਿ ਪਹਿਲੇ ਪਹਿਰੈ ਫੁੱਲੜਾ, ਫਲ ਪੀ ਪੱਛਾ ਰਾਤ। ਜਿਵੇਂ ਫੁੱਲ ਪੈਂਦਾ ਹੈ ਨਾ, ਪਹਿਲੀ ਰਾਤ ਸਾਧ ਸੰਗਤ ਜੀ ਜਿਹੜਾ ਉਹ ਇਹ ਫਲ ਪ੍ਰਾਪਤ ਹੁੰਦਾ ਹੈ। ਅਤੇ ਜਿਹੜਾ ਪਿਛਲੀ ਰਾਤ ਉੱਠ ਕਰਕੇ ਅੰਮ੍ਰਿਤ ਵੇਲੇ ਭਜਨ ਕਰਨਾ ਹੈ, ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਹਾ ਕਿ ਜਿਵੇਂ ਭਾਈ ਰਸਿਆ ਹੋਇਆ ਫਲ ਖਾਈਦਾ ਨਾ, ਇਸ ਤਰ੍ਹਾਂ ਇਹ ਬ੍ਰਹਮ ਗਿਆਨ ਰੂਪੀ ਰਸਿਆ ਹੋਇਆ ਫਲ ਹੀ ਉਹ ਖਾਂਦੇ ਆ। ਵਾਹਿਗੁਰੂ ਦੀ ਅਭੇਦਤਾ ਰੂਪੀ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਦਾ ਅਨੁਭਵ ਜਿਹੜਾ ਨਾ, ਇਹ ਫਲ ਸਾਧ ਸੰਗਤ ਜੀ ਉਹ ਰਸਿਆ ਹੋਇਆ ਫਲ ਖਾਂਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਿਹੜਾ ਅੰਮ੍ਰਿਤ ਵੇਲਾ ਹੈ ਇਹ ਸਾਧ ਸੰਗਤ ਜੀ ਬੜਾ ਮਹਾਨ ਹੈ। ਅੰਮ੍ਰਿਤ ਵੇਲੇ ਉੱਠ ਕਰਕੇ ਸੱਚੇ ਨਾਮ ਦਾ ਜਿਹੜਾ ਨਾ ਉਹ ਜਾਪ ਕਰਨਾ। ਅੰਮ੍ਰਿਤ ਵੇਲੇ ਉੱਠ ਕਰਕੇ ਕਈ ਤਾਂ ਕੰਮਾਂ ਕਾਰਾਂ ਨਾਲ ਉੱਠਦੇ ਆ, ਦੁੱਧ ਪਾਉਣ ਵਾਲੇ ਤਾਂ ਉਹ ਅੰਮ੍ਰਿਤ ਵੇਲੇ ਟਾਈਮ ਨਾਲ ਹੀ ਦੁੱਧ ਆਪਣਾ ਥਾਵਾਂ ਥਾਵਾਂ ਤੇ ਪਹੁੰਚਾਉਂਦੇ। ਕੱਲਾ ਜਾਗਣਾ ਨਹੀਂ, ਜਾਗ ਕਰਕੇ ਫਿਰ ਭਜਨ ਵਿੱਚ ਆਪਣੀ ਸੁਰਤ ਨੂੰ ਜੋੜਨਾ, ਤੇ ਕੋਈ ਵੀ ਉਸ ਤਰ੍ਹਾਂ ਕਾਰਜ ਹੈ ਨਾ ਉਹ ਅੰਮ੍ਰਿਤ ਵੇਲੇ ਕੀਤਾ ਬਥੇਰੇ ਲਾਭਦਾਇਕ ਹੁੰਦਾ ਹੈ। ਪਹਿਲਿਆਂ ਸਮਿਆਂ ਵਿੱਚ ਜ਼ਿਮੀਂਦਾਰ ਜਦੋਂ ਕੋਈ ਖੇਤ ਆਦਿਕ ਦੀ ਵਾਹੀ ਕਰਦੇ ਤਾਂ ਵੀ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਹੀ ਕਿੰਨੀਆਂ ਪੈਲੀਆਂ ਉਹ ਖੇਤ ਵਾਹ ਲਿਆ ਕਰਦੇ ਸੀ, ਕਿਉਂਕਿ ਅੰਮ੍ਰਿਤ ਵੇਲੇ ਕੰਮ ਵੀ ਬਹੁਤ ਜ਼ਿਆਦਾ ਸਾਧ ਸੰਗਤ ਜੀ ਨਿਬੜਦਾ। ਤੇ ਰੱਬ ਦੇ ਪਿਆਰੇ ਇਸੇ ਕਰਕੇ ਉਹਨਾਂ ਭਜਨ ਕਰਨ ਦਾ ਅੰਮ੍ਰਿਤ ਵੇਲਾ ਜਿਹੜਾ ਸਾਧ ਸੰਗਤ ਜੀ ਉਹ ਮਹਾਨ ਜਾਣਿਆ। ਵੇਖ ਲਓ, ਭਾਵੇਂ ਇਸਲਾਮ ਮਤ ਹੈ, ਭਾਵੇਂ ਈਸਾਈ ਮਤ ਹੈ, ਭਾਵੇਂ ਹਿੰਦੂ ਮਤ ਹੈ, ਸਭ ਦੇ ਅੰਦਰ ਹੀ ਅੰਮ੍ਰਿਤ ਵੇਲੇ ਦੀ ਮਹਾਨ ਮਹਿਮਾ ਕਹੀ ਗਈ ਹੈ। ਅੰਮ੍ਰਿਤ ਵੇਲਾ ਜੇ ਕੋਈ ਸਿੱਖ ਹੋ ਕਰਕੇ ਨਾ ਉੱਠੇ ਤਾਂ ਮਹਾਰਾਜ ਜੀ ਨੇ ਤਾਂ ਇਹ ਫਿਰ ਵਾਕ ਕਹੇ ਆ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਜਿਹੜਾ ਗੁਰੂ ਸਾਹਿਬ ਦਾ ਸਿੱਖ ਹੀ ਨਹੀਂ ਅਖਵਾਉਂਦਾ
फिर महाराज कहिंदे उहनूं भाई कहीए ही की जे तां गुरु साहिब दे सिख अखवाउने आपां फिर हजूर दी इह सिख्या कि अमृत वेले उठ करके वाहिगुरु दा भजन करना चाहीदा है। नहीं तां साध संगत जी वेखो इह बजर वांगू इहो जिहा भार पैंदा है मनुख नूं सब तों वड्डा औखा इही कम लगदा है कि अमृत वेले नहीं उठिया जा सकदा। ते किन्ने किन्ने कई रोज ही ना कई बड़ा सुन करके फिर झूरदे आ कि मैं रोज मन विच सोच के सौना कि अमृत वेले उठूंगा। भाई अपना फोन बंद रखिया करो सतगुरु जी दे दरबार अंदर। जिस किसी का भी वजदा फोन बेनती है बंद कर लो। इउं सत संगत जी सचे पातशाह जी महाराज अमृत वेले दी हजूर महिमा कहिंदे आ सचे पातशाह जी। फिर पढ़ दिओ पंक्ति अमृत वेला सचे पातशाह जी महाराज कहिंदे जदों सचे नाम दा भाई जाप करना है। सचे नाम दा जाप किवें करीदा हजूर दसदे आ। महाराज कहिंदे उस दे सचे नाम दीआं वडियाईआं करनीआं उहदे सरूप दी विचार करनी फिर अंदर विचार उत्पन्न करनी मैं कौण हां मेरा जन्म कित्थों होया है मरण तों बाद मैं किधर चले जाणा है अपने आपे दी विचार करनी कि मैं शरीर हां अपना अपना आपा खोजना। इह सचे पातशाह जी कहिंदे भाई सरूप दी विचार करनी फिर वाहिगुरु दीआं बेअंत वडियाईआं ने अकिरत घणा नूं पाल रहा है फिर औगणा वालियां दी भी इस प्रकार रखिया कर रहा है सब नूं बख्शिशां दे रहा है। इउं उहदियां वडियाईआं नूं सचे पातशाह जी महाराज कहिंदे भाई अमृत वेले उठ करके गायन करना सचे नाम दा जाप करना हजूर दे दरबार दे अंदर। साध संगत जी अमृत वेले तों ही वेखो कीर्तन दा जिहड़ा है प्रवाह चल पैंदा है जिथे जिथे सतगुरां जी दे साजे होए पवित्र अस्थान ने इह सिख धर्म दे अंदर अमृत वेले दी वड्डी महानता है। जिन्ने भी सत पुरश महापुरश कमाई वाले होए है सब ने अपने जीवन दे अंदर अमृत वेले नूं नहीं साध संगत जी खुंजाया अपने शरीर दे अंतले समय तक भी अमृत वेले उठ करके उह भजन विच सुरत जोड़दे रहे। इह सचे पातशाह जी महाराज ने महान महिमा अमृत वेले दी सिख पंथ दे अंदर कही है। फिर साध संगत जी जिहड़ा इह मनुखा जन्म है ना 84 लख जूना दे बतीत हो जाण तों जदों जीव 84 भोग के आउंदा फिर मनुखा जन्म प्राप्त हुंदा है। इस प्रकार इह 84 लख जूना जिहड़ियां ना रात दी न्याई बतीत हो चुकियां ने ते मनुखा जन्म जिहड़ा अमृत वेला प्राप्त होया है। इसे करके कहा है कि भई प्राप्त मानुख देहुरिया गोबिंद मिलन की एह तेरी बरिया अवर काज तेरा कितै ना काम मिल साध संगत भज केवल ना। इसे करके कहा कि ए बतीत हो चुकी है बाकी रात हुण तेनू मनुखा जन्म रूपी अमृत वेला प्राप्त होया है ते हुण तू मनुखा जन्म रूपी अमृत वेले नू अपने हथों गवा ना। यह मनुखा जन्म जिहड़ा है ना यह बड़ा दुर्लभ है ਇਹ ਐਵੇਂ ਨਹੀਂ ਤੈਨੂੰ ਪ੍ਰਾਪਤ ਹੋਇਆ ਤੇ ਇਸ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਅੰਮ੍ਰਿਤ ਵੇਲਾ ਜਿਹੜਾ ਹੈ ਨਾ ਇਹ ਮਨੁੱਖਾ ਜਨਮ ਹੈ ਇਹਦੇ ਵਿੱਚ ਵਾਹਿਗੁਰੂ ਦਾ ਭਜਨ ਕਰਨਾ ਚਾਹੀਦਾ ਸੱਚੇ ਨਾਮ ਦੀਆਂ ਵਡਿਆਈਆਂ ਕਰਨੀਆਂ ਚਾਹੀਦੀਆਂ ਆਪਣੇ ਸਰੂਪ ਦੀ ਵਿਚਾਰ ਕਰਨ ਵਾਸਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਮਨੁੱਖਾ ਜਨਮ ਰੂਪੀ ਅੰਮ੍ਰਿਤ ਵੇਲਾ ਸਿੱਧੋ ਇਸ ਅੰਮ੍ਰਿਤ ਵੇਲੇ ਨੂੰ ਖੰਜਾਉਣਾ ਨਹੀਂ ਚਾਹੀਦਾ ਲੰਘਾਉਣਾ ਨਹੀਂ ਚਾਹੀਦਾ। फिर साध संगत जी जिहड़ी बाल अवस्था है ना यह भी अमृत वेला है। जिहड़ियां यह शरीर दे उत्ते अवस्थावां आउंदियां ना इन्हां विच्चों बाल अवस्था जिहड़ी अमृत वेला है क्योंकि उदों अजे विकारां दा इन्ना जोर नहीं पिया हुंदा आले दुआले होर संस्कारां दा इन्ना जोर नहीं पैंदा कोई सज्जण मित्र नहीं बाले वधदे इस करके ये बालक उम्र दे विच ही अमृत वेले विच महाराज कहिंदे भजन करे ते भाई वधीक फलदा है। फिर ये बालक उम्र जिहड़ी है ये भी अमृत वेला मन्नी गई है। फिर साध संगत जी जिहड़े युग हन चार इन्हां चौहां युगां विचों कलयुग अमृत वेला मन्निया होया है क्योंकि बाकी युग जिहड़े आ ना उन्हां विच साध संगत जी नाम दी महिमा भावें सारे युगां विच रही है
पर उथे होर साधन जेड़े सी ना प्रधान मन्ने जांदे सीगे। पर कलयुग दे विच महाराज कहिंदे भाई कोई साधन होर प्रधान नहीं है, इस दे विच तां वाहिगुरु दे नाम दी ही महिमा है। इस करके सतगुरु पातशाह जी कहिंदे भाई ये कलयुग जेड़ा है ना ये भी अमृत वेला है। ये सिद्धां नूं सतगुरां जी ने सिखिया देंदिया होया महाराज सच्चे पातशाह अमृत वेले दी महिमा हजूर ने कही है कि हे सिद्धो अमृत वेला सच नाओ। की रखीए वाहिगुरु दे अगे अमृत वेले दा उठ करके जेड़ा नाम जपिया होया ना ये भेटा महाराज जी दे अगे रखना करिए। पदार्थ की भेट करना है ते जिहदे कोल हुण महाराज नूं भेट करन वास्ते कुछ नहीं हैगा फिर साध संगत जी ओह की महाराज सच्चे पातशाह दे सामने भेटा की कर सकेगा। ते गरीब नवाज सतगुरु जी कहिंदे भाई ये जेड़ा जेड़े भगतवान आ ओह महाराज सच्चे पातशाह जी नूं जदों भेट करन वास्ते वेखदे आ कि मैं महाराज भेट की करा आप जी नूं फिर वेख करके ओह सोचदे कि साडे तां कोल होर कुछ भी नहीं। सच्चे पातशाह महाराज दे भजन विच अपना जन्म ही लेखे ला दिंदे आ माधो एहो जन्म तुम्हारे लेखे ओ जन्म ही महाराज साहब दे अगे भेट कर दिंदे अपनी सारी जिंदगी तन मन धन अर्पण कर दिंदे आ। ते साध संगत जी ये पदार्थ जिहड़ा है ना अमृत वेले दा जपिया होया नाम सतगुरु जी कहिंदे भाई इउं अमृत वेला सच नाओ वड्याई विचार जिहड़ियां मेरे वाहिगुरु दियां वड्याईयां ने ओदी विचार करनी वाहिगुरु दा जस गायन करना अपने स्वरूप दी विचार करनी। सच्चे पातशाह जी कहिंदे भाई अमृत वेले इउं सच्चे नाम दा जाप करना वाहिगुरु दे अगे महाराज सच्चे पातशाह जी कहिंदे भाई भेट करना चाहीदा है ते वड्याईयां जिहड़ियां गाउणियां हन ये मुख तों महाराज कहिंदे भाई बोल बोलने चाहीदे आ।